शहर पटियाले दे हो मुंडे मुछ फुट गबरू ने सोने पग्गा पोच मिया होए पग्गा पोच मिया यारो दिलां वटे दिल ने वटाउणे शहर पटियाले दे शहर पटियाले दे मुंडे मुछ फुट गबरू ने सोने पग्गा पोच मिया। असीं बड़े फखर नाल कहिंदे आ इक पंजाबी गायकी नूं जदों मोड़ आया चलो बाबे गुरदास ने दिता ते उस तों बाद छोटे छोटे भरा नूं उदे पता लग्या जो 17 सेक्टर ना वो सामने दुकान ते तवा तवा वजदा वेख्या ते मैं कहा लै भी हरदीप सिंह तू भी हुण HMB आर्टिस्ट बन गया। ਓਏ ਬਿੱਲੋ ਦੀ ਬਲੋਰੀ ਜਿਹੀ ਅੱਖ ਵਰਗਾ ਯਾਰਾਂ ਨਾਲ ਉੱਚੀ ਹੋਣੀ ਸ਼ਾਨ ਚਾਹੀਦੀ ਵੀ ਗੱਲ ਉਮਰਾਂ ਦੀ ਨਹੀਂ ਓਏ ਮਿੱਤਰੋ ਸਰੀਰ ਵਿੱਚ ਜਾਨ ਚਾਹੀਦੀ ਵੀ ਗੱਲ ਉਮਰਾਂ ਦੀ ਨਹੀਂ ਜਦ ਡਗਾ ਢੋਲ ਤੇ ਲੱਗਦਾ ਏ ਦਿਲ ਆਪ ਮੁਹਾਰੇ ਨੱਚਦਾ ਏ ਬਾਈ ਪਟਿਆਲੇ ਵਾਲਾ ਜਦ ਗਾਉਂਦਾ ਏ ਫਿਰ ਬਾਤ ਸਰਦਾਰੀ ਦੀ ਪਾਉਂਦਾ ਏ। ਦੋਸਤੋ ਅੱਜ ਤੁਹਾਨੂੰ ਅਸੀਂ ਬਾਈ ਪਟਿਆਲੇ ਵਾਲੇ ਨਾਲ ਮਿਲਾਉਣ ਲੱਗਿਆ ਜੋ ਜੰਮਪਲ ਤਾਂ ਨੇ ਜਲੰਧਰ ਦੇ ਪਰ ਉਹ ਮਸ਼ਹੂਰ ਬਾਈ ਪਟਿਆਲੇ ਵਾਲੇ ਦੇ ਨਾਮ ਨੇ ਜਿਨ੍ਹਾਂ ਨੂੰ ਚਾਣੇ ਵਾਲੇ ਬਾਈ ਪਟਿਆਲੇ ਵਾਲੇ ਦੇ ਨਾਮ ਨਾਲ ਵੀ ਜਾਣਦੇ ਨੇ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਾਈ ਹਰਦੀਪ ਖੁਰਾਨਾ ਜੀ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਬਾਬੂ ਸ਼ਾਹੀ 'ਤੇ ਤੁਹਾਡਾ ਪਹਿਲਾਂ। ਸਤਿ ਸ਼੍ਰੀ ਅਕਾਲ ਰਵੀ ਜੀ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ ਅਤੇ ਬਾਬੂ ਸ਼ਾਹੀ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਜਿੱਥੇ ਵੀ ਵੱਜਦੇ ਆ ਦੇਸਾਂ ਪ੍ਰਦੇਸਾਂ 'ਚ ਬਾਈ ਹਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਜੀ। ਹਰਦੀਪ ਬਾਈ ਜੀ ਗੱਲ ਪਟਿਆਲੇ ਤੋਂ ਹੀ ਸ਼ੁਰੂ ਕਰਾਂਗੇ ਜੀ। ਤੁਹਾਡਾ ਪਹਿਲਾ ਗਾਣਾ ਜਿਹਨੇ ਤੁਹਾਨੂੰ ਹਰਦੀਪ ਤੋਂ ਬਾਈ ਪਟਿਆਲੇ ਵਾਲੇ ਨਾਲ ਲੋਕ ਜਾਣਨ ਲੱਗੇ ਆ ਸਟਾਰਟਿੰਗ ਗਾਣੇ ਤੋਂ ਪਹਿਲਾਂ 2-17 ਗਾਣੇ ਦੀ ਗਾਣਾ ਤਾਂ ਮੈਂ ਹੋਰ ਕੇ ਸੁਣਾਉਂਦਾ ਪਹਿਲਾਂ ਉਹ ਗਾਣਾ ਚੱਲਦੇ ਜਿਹੜਾ ਵਹਿਣ ਚੱਲਦਾ ਹੋਊਗਾ ਨਾ ਕਰੋਸੀ ਰਹਿ ਗਿਆ ਨਾ ਸ਼ੁਰੂ ਤੋਂ ਹੀ ਪਟਿਆਲੇ ਤੋਂ ਕਰਨਾ। ਅੱਛਾ ਅੱਛਾ ਬਾਈ ਪਟਿਆਲੇ ਓਕੇ ਓਕੇ ਉਹ ਤਾਂ ਮੇਰੀ ਸ਼ਕਲ ਵੇਖ ਕੇ ਲੱਗ ਜਾਣਾ ਪਤਾ ਹਰਦੀਪ ਬਾਈ ਜੀ ਆ ਗਏ। ਚਲੋ ਜਿਵੇਂ ਤੁਸੀਂ ਕਹਿੰਦੇ ਰਵੀ ਜੀ ਉਵੇਂ ਚੱਲਾਂਗੇ ਆਪਾਂ। ਸ਼ਹਿਰ ਪਟਿਆਲੇ ਦੇ ਹੋ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਪੱਗਾਂ ਪੋਚ ਮੀਆਂ ਹੋਏ ਪੱਗਾਂ ਪੋਚ ਮੀਆਂ ਯਾਰੋ ਦਿਲਾਂ ਵੱਟੇ ਦਿਲ ਨੇ ਵਟਾਉਣੇ ਸ਼ਹਿਰ ਪਟਿਆਲੇ ਦੇ ਕੁੜੀਆਂ ਵੀ ਕੱਟ ਨਹੀਂ ਹੈ ਸ਼ਹਿਰ ਪਟਿਆਲੇ ਦੀਆਂ ਨਾਗਣਾਂ ਪਟਾਰੀ ਵਿੱਚ ਪਾਲੀਆਂ ਹੋ ਤਿੱਖ ਤਿੱਖ ਨੈਣਾਂ ਵਿੱਚ ਕਜਲੇ ਦੀ ਤਾਰੀ ਪਾ ਕੇ ਸੱਜਣਾਂ ਨੂੰ ਲੁੱਟ ਲੈਣ ਵਾਲੀਆਂ ਗਿੱਲ ਸੁਰਜੀਤ ਜੇ ਲੱਖਾਂ ਇਹਨਾਂ ਲੁੱਟ ਲਏ ਨੇ ਗਿੱਲ ਸੁਰਜੀਤ ਜੇ ਲੱਖਾਂ ਇਹਨਾਂ ਲੁੱਟ ਲਏ ਨੇ ਤਾਈਓਂ ਪੈ ਕੇ ਗੀਤ ਨੇ ਬਣਾਉਣੇ ਸ਼ਹਿਰ ਪਟਿਆਲੇ ਦੇ। ਬਾਈ ਜੀ ਇਸ ਗਾਣੇ ਨਾਲ ਇਹ ਵੀ ਯਾਦ ਜੁੜੀ ਹੈ ਕਿ ਦੂਰਦਰਸ਼ਨ ਦਾ ਇਹ ਪਹਿਲਾ ਗਾਣਾ ਸੀਗਾ ਜੋ ਸਟੂਡੀਓ ਤੋਂ ਬਾਹਰ ਸ਼ੂਟ ਕੀਤਾ ਗਿਆ। ਹਾਂਜੀ ਹਾਂਜੀ ਅਤੇ ਫਿਰ ਜਦੋਂ ਸ਼ੂਟ ਕੀਤਾ ਗਿਆ ਤੁਹਾਨੂੰ ਪਤਾ ਲੱਗਿਆ ਕਿ ਸ਼ੂਟਿੰਗ ਹੋਣੀ ਹੈ ਕੀ ਉਹ ਕਿੱਸਾ ਰਿਹਾ ਸਾਰਾ? ਉਹ ਰਵੀ ਜੀ ਐਂ ਸੀਗਾ ਸਾਹਿਬ ਹੱਥ ਵਢਾਈਆਂ ਦਿਸ ਭਾਵੇ ਦੱਸਦੇ ਜਦੋਂ ਕਿਸੇ ਚੀਜ਼ ਨੇ ਹਿੱਟ ਹੋਣਾ ਹੁੰਦਾ ਨਾ ਅਤੇ ਉਹ ਤੁਹਾਨੂੰ ਆਪੇ ਸੁਮੇਲ ਮਿਲ ਜਾਂਦਾ ਅਤੇ ਜਦੋਂ ਰਿਕਾਰਡਿੰਗ ਚੱਲਦੀ ਸੀਗੀ ਲਾਸਟ ਗਾਣਾ ਅਸੀਂ ਕੀਤਾ ਸ਼ਹਿਰ ਪਟਿਆਲੇ ਦੇ ਕਹਿੰਦੇ ਵੀ ਇਹ ਗਾਣਾ ਹੋਰ ਗਿੱਲ ਸੁਰਜੀਤ ਭਾਅ ਜੀ ਕਹਿੰਦੇ ਆਪਾਂ ਕਰ ਲਈਏ ਵਰਿੰਦਰ ਬੱਚਾ ਨਾਲ ਕਹਿੰਦੇ ਚਲੋ ਕਰ ਲੈਂਦੇ ਹਾਂ ਅਤੇ ਰਿਕਾਰਡਿੰਗ ਚੱਲ ਰਹੀ ਹੈ ਸਾਡੀ ਚੀਮਾ ਸਟੂਡੀਓ ਜਿਹਨਾਂ ਨੇ ਚੰਦ ਪ੍ਰਦੇਸੀ ਪਿਕਚਰ ਬਣਾਈ ਸੀ। ਚਲੋ ਗਾਣਾ ਹੋ ਗਿਆ ਫਿਰ ਫਿਕਰ ਪੈ ਗਿਆ ਵੀ ਹੁਣ ਕੈਸਟ ਦੇਣੀ ਕਿਹਨੂੰ ਉਦੋਂ ਹੈ ਬੜੀ ਵੱਡੀ ਪ੍ਰੋਬਲਮ ਸੀ ਨਾ ਅਤੇ ਚਲੋ ਜੀ ਅਲਾਪ ਗਰੁੱਪ ਚੰਦ ਜਾਣੀ ਨੇ ਉਹਨਾਂ ਨੇ ਮੇਰੀ ਕੈਸਟ ਖਰੀਦ ਲਈ ਅਤੇ ਮੈਂ ਕਿਹਾ ਚੀਮਾ ਸਾਹਿਬ ਕਰੋ ਕਿਰਪਾ ਹੁਣ ਇਹਤੇ ਵੀ ਤਾਂ ਅਸੀਂ ਜਲੰਧਰ ਦੂਰਦਰਸ਼ਨ ਚਲੇ ਗਏ ਹਰਜੀਤ ਭਾਅ ਜੀ ਉਹ ਰੌਣਕ ਪਿੰਡਾਂ ਪ੍ਰੋਗਰਾਮ ਆਉਂਦਾ ਸੀ ਅੱਜ ਤੋਂ 30-35 ਸਾਲ ਪਹਿਲਾਂ ਅਤੇ ਉਹਨਾਂ ਸੁਣਾਇਆ ਉਹ ਕਹਿੰਦੇ ਚੀਮਾ ਸੁਭਾਅ ਆਏ ਆ ਤਾਂ ਮੁੰਡਾ ਵੀ ਸੁਣੱਖਾ ਛਿੱਟੀ ਵਰਗਾ ਲੰਮਾ ਤੂੰ ਤੇ ਛਿੱਟੀ ਵਰਗਾ ਅਤੇ ਆਪਾਂ ਕਰਦੇ ਹਾਂ ਇਹਦਾ ਕੋਈ ਇੰਤਜ਼ਾਮ ਮੈਨੂੰ ਹਫ਼ਤਾ ਕੁ ਦੇ ਦਿਓ ਅਤੇ ਜਦੋਂ ਬਾਬਿਆਂ ਨੇ ਕੁਛ ਚਮਤਕਾਰ ਦਿਖਾਉਣੇ ਹੁੰਦੇ ਬਾਬੇ ਨਾਨਕ ਜੀ ਨੇ ਬਾਅਦ ਜੀ ਉਸ ਤੋਂ ਬਾਅਦ ਕੀ ਉਹ ਕਹਿੰਦੇ ਵੀ ਪਟਿਆਲੇ ਸ਼ੂਟ ਕਰਾਂਗੇ ਆਪਾਂ ਨੂੰ ਪਰਮਿਸ਼ਨ ਲੈ ਲੈਂਦੇ ਹਾਂ ਡਾਇਰੈਕਟਰ ਸਾਹਿਬ ਤੋਂ ਉਹ ਪਰਮਿਸ਼ਨ ਮਿਲ ਗਈ ਉਹ ਜਦੋਂ ਹਫ਼ਤੇ ਬਾਅਦ ਗਾਣਾ ਵੱਜਿਆ ਰੌਣਕ ਮੇਲੇ 'ਚ ਅਤੇ ਫਿਰ ਬਣ ਗਿਆ ਹਰਦੀਪ ਬਾਈ ਹਾਕੀ ਵਾਲੇ ਤੋਂ ਹਰਦੀਪ ਪਟਿਆਲਾ ਬਣ ਗਿਆ। ਹਾਕੀ ਦੇ ਤੁਸੀਂ ਪਲੇਅਰ ਸੀਗੇ ਅਤੇ ਹਾਕੀ ਤੋਂ ਫਿਰ ਗਾਇਕੀ ਵੱਲ ਝੁਕਾ ਕਿਵੇਂ ਹੋਇਆ? ਇਹ ਜਿਵੇਂ ਸਿਆਣੇ ਕਹਿੰਦੇ ਨੱਚਣ ਵਾਲੀ ਤਾਂ ਅੱਡੀ ਨਾ ਰਹਿੰਦੀ ਅਤੇ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਨੱਚ ਕਿਤੇ ਵੀ ਤੂੰ ਅਤੇ ਜਦੋਂ ਉਦੋਂ ਹਾਕੀ ਖੇਡਣ ਜਾਂਦੇ ਸੀ ਨਾ ਆਪਾਂ ਕਨੇਡਾ ਕਹਿ ਗਿਆ ਕਲਕੱਤੇ ਚਲੇ ਗਏ ਬੰਬੇ ਚਲੇ ਗਏ ਦਿੱਲੀ ਚਲੇ ਗਏ ਭੋਪਾਲ ਚਲੇ ਗਏ ਉਦੋਂ ਫਿਰ ਜਦੋਂ ਸਕੂਲ ਨੈਸ਼ਨਲ ਗੇਮ ਹੁੰਦੀਆਂ ਸੀਗੀਆਂ ਉਦੋਂ ਕੁੜੀਆਂ ਮੁੰਡੇ ਆਪਾਂ ਸਾਰੇ ਇਕੱਠੇ ਜਾਂਦੇ ਸੀਗੇ ਅਤੇ ਉਦੋਂ ਪੁਰਾਣੇ ਜ਼ਮਾਨੇ ਤੁਹਾਨੂੰ ਪਤਾ ਹੋਊਗਾ ਯਾਦ ਹੋਊਗਾ ਅਤੇ ਘਰਾਂ 'ਚ ਵੀ ਆਪਾਂ ਜਦੋਂ ਹੋਰ ਤਾਂ ਕੋਈ ਚੈਨਲ ਹੁੰਦੇ ਨਹੀਂ ਸੀਗੇ ਅਤੇ ਆਪਾਂ ਉਹ ਖੇਡਦੇ ਅੰਤਾਕਸ਼ਰੀ ਖੇਡਦੇ ਹਾਂ ਲੈ ਕੇ ਪ੍ਰਭੂ ਦਾ ਨਾਮ ਅਤੇ ਜਦੋਂ ਉੱਥੇ
ਗੱਲ ਚੱਲਣੀ ਫਿਰ ਜਦੋਂ ਮੇਰੀ ਵਾਰੀ ਆ ਜਾਣੀ ਅਤੇ ਮੈਂ ਉਹ ਫੱਟਾ ਜਿਹਾ ਵਜਾ ਕੇ ਨਾ ਰੇਲਵੇ ਵਾਲਾ ਨਾਲ ਹੇਕਾਂ ਲਾਉਣੀਆਂ ਹੇਕਾਂ ਲਾਉਣੀਆਂ ਅਤੇ ਉਹ ਸ਼ੁਰੂ ਤੋਂ ਹੀ ਸੀਗੀ ਟਸਕ ਜੀ ਇੱਕ ਹਾਂਜੀ ਅਤੇ ਉੱਥੋਂ ਫਿਰ ਚੱਲਦਿਆਂ ਚੱਲਦਿਆਂ ਹਾਕੀ ਤੁਸੀਂ ਕਿਹੜੇ ਕਿਹੜੇ ਪਲੇਅਰਾਂ ਨਾਲ ਖੇਲੀ ਅਤੇ ਕਿਸ ਲੈਵਲ 'ਤੇ ਖੇਲੀ ਹਾਕੀ ਇੱਕ ਤਾਂ ਤੁਹਾਨੂੰ ਮੈਂ ਦੱਸ ਦਿਆਂ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ ਮੈਂ ਜਲੰਧਰ ਨੂੰ ਬਿਲੋਂਗ ਕਰਦਾ ਅਤੇ ਕੋਹਾ ਪਿੰਡ ਹੈ ਮੇਰਾ ਸਾਡੇ ਪਿੰਡਾਂ ਦੇ ਨਾਲ ਦੇ ਪਿੰਡ ਨੇ ਤੁਹਾਡਾ ਰੱਪਲਾ ਕਰੇ ਸੰਸਾਰਪੁਰ ਮਿੱਠਾਪੁਰ ਖੁਸਰੂਪੁਰ ਦਕੋਵਾ ਧੇਨੂਵਾਲੀ ਤਾਂ ਵਰਿੰਦਰ ਜੀ ਹੋਏ ਨੇ ਸੰਸਾਰਪੁਰ ਤੋਂ ਸੰਨ 1968 ਦੀ ਓਲੰਪਿਕ 7 ਕੋਲਾਰ ਸੀਗੇ ਇੱਕੋ ਹੀ ਗੋਤ ਦੇ ਅਜੀਤ ਪਾਲਣੇ ਹੋ ਗਏ ਊਧਮ ਸਿੰਘ ਹੋ ਗਿਆ ਤਰਸੇਮ ਸਿੰਘ ਹੋ ਗਏ ਬਲਬੀਰ ਸਿੰਘ ਦੋ ਬਲਬੀਰ ਸਿੰਘ ਹੋ ਗਏ ਉਹ ਤੋਂ ਬਾਅਦ ਮੇਰੇ ਵੱਡੇ ਭਾਅ ਜੀ ਸਰ ਬਲਦੇਵ ਸਿੰਘ ਓਲੰਪੀਅਨ ਅਰਜਨਾ ਵਾਡੀ ਉਹ ਹੋ ਗਏ ਅਤੇ ਉਦੋਂ ਬਾਅਦ ਅਰਦਾਸ ਵੀ ਉਹਨਾਂ ਨਾਲ ਅਜੀਤ ਪਾਲਰ ਨਾਲ ਜਦੋਂ 75 ਦਾ ਵਰਲਡ ਕੱਪ ਜਿਹੜੇ ਜਿੱਤ ਕੇ ਆਏ ਸੀ ਉਹਨਾਂ ਨਾਲ ਸੁਰਜੀਤ ਭਾਅ ਜੀ ਜਿਹੜੇ ਇਸ ਵੇਲੇ ਦੁਨੀਆਂ 'ਚ ਨਹੀਂ ਗਏ ਉਹਨਾਂ ਨਾਲ ਸਾਰਿਆਂ ਨਾਲ ਖੇਡਣ ਦਾ ਮੌਕਾ ਮਿਲਿਆ ਜਲੰਧਰ ਜਦੋਂ ਮੈਂ ਸਪੋਰਟਸ ਕਾਲਜ ਸਪੋਰਟਸ ਸਕੂਲ ਪੜ੍ਹਦਾ ਸੀ ਅਤੇ ਘਰਦਿਆਂ ਨੇ ਕਦੇ ਰੋਕਿਆ ਨਹੀਂ ਕਿਉਂਕਿ ਜਿਸ ਦੌਰ ਤੋਂ ਤੁਸੀਂ ਗਾਇਕੀ ਸ਼ੁਰੂ ਕੀਤੀ ਉਹ ਗਾਇਕੀ ਨੂੰ ਕੋਈ ਇੰਨਾ ਵਧੀਆ ਕਿੱਤਾ ਨਹੀਂ ਸਮਝਦੇ ਹੁੰਦੇ ਸੀਗੇ ਪਰਿਵਾਰ ਨੇ ਕਿਉਂਕਿ ਤੁਹਾਡੇ ਪਰਿਵਾਰ ਫੌਜੀ ਫੈਮਿਲੀ 'ਚੋਂ ਪਿਤਾ ਜੀ ਫੌਜੀ ਸੀ ਫਿਰ ਕਦੇ ਉਹਨਾਂ ਨੇ ਗੁੱਸੇ ਨਹੀਂ ਹੋਏ ਕਿ ਯਾਰ ਕਿਹੜੇ ਕੰਮ 'ਚ ਪੈ ਗਿਆ ਨਹੀਂ ਹੋਇਆ ਸੀ ਹਾਂਜੀ ਜਦੋਂ ਇਸ ਪਾਸੇ ਆਇਆ ਮੈਂ ਹਾਕੀ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਆ ਗਿਆ ਕਿਉਂਕਿ ਆਪਣਾ ਕਿੱਸਾ ਲੰਬਾ ਬਹੁਤ ਹੈ ਫਿਰ ਤੁਹਾਡੇ ਐਪੀਸੋਡ 2 ਬਣ ਜਾਣੇ ਸੀ ਅਤੇ ਆਪਣਾ ਜਦੋਂ ਇਸ ਲੈਨ 'ਚ ਆਉਣਾ ਸੀਗਾ ਉਹ ਤੋਂ ਪਹਿਲਾਂ ਜਦੋਂ ਮੈਂ ਸਾਰੇ ਤੁਹਾਡੇ ਇੰਡੀਅਨ ਯੂਨੀਵਰਸਿਟੀ ਦੇ ਕੈਂਪ ਕਰਵਾਉਣੇ ਸ਼ੁਰੂ ਕਰਤੇ ਪਰ ਮੇਰੇ ਫਾਦਰ ਬੀਇੰਗ ਫੌਜੀ ਅਫਸਰ ਕਹਿੰਦੇ ਸਿਫਾਰਿਸ਼ ਨਹੀਂ ਕਰਨੀ ਜ਼ਿੰਦਗੀ 'ਚ ਆਪਣੇ ਹਿੱਕ ਦੇ ਜ਼ੋਰ ਨਾਲ ਜੋ ਕਰਨਾ ਕਰੋ ਅਤੇ ਜਦੋਂ ਹੀ ਨਹੀਂ ਗੱਲ ਬਣੀ ਫਿਰ ਇੱਥੇ ਮੈਂ DAV ਕਾਲਜ ਆ ਗਿਆ ਇੱਥੇ ਵੀ ਢੋਲ ਵੱਜਦਾ ਸੀਗਾ ਫਿਰ ਢੋਲ ਨਾਲ ਆਪਣਾ ਮੈਂ ਹਾਕੀ ਖੇਡ ਕੇ ਆਪਣਾ ਉੱਥੇ ਜਾ ਵੜਨਾ ਜਦੋਂ ਉੱਥੇ ਸਟਾਰਟ ਹੋ ਗਿਆ ਬੋਲੀਆਂ ਤੋਂ ਕੰਮ ਆਪਣਾ ਫਿਰ ਹਾਕੀ ਤੋਂ ਮੈਂ ਜਦੋਂ ਟੂਰਨਾਮੈਂਟ ਖਤਮ ਹੋ ਜਾਣੇ ਤੁਹਾਡਾ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਫਿਰ ਮੈਂ ਯੂਥ ਫੈਸਟੀਵਲ ਪਾਰਟੀਸਪੇਟ ਸ਼ੁਰੂ ਕਰਨਾ ਸ਼ੁਰੂ ਕਰਤਾ ਉੱਥੋਂ ਫਿਰ ਆਪਣਾ ਵਰਿੰਦਰ ਬੱਚਨ ਨਾਲ ਮੁਲਾਕਾਤ ਹੋ ਗਈ ਫਿਰ ਤਾਂ ਮੈਂ ਭੁੱਲ ਨਾ ਜਾਵਾਂ ਇਹ ਗੱਲ ਫਿਰ 21 ਸੈਕਟਰ ਹੀ ਕਮਰਾ ਲਿਆ ਹੋਇਆ ਸੀਗਾ ਅੱਛਾ ਜੀ ਉੱਥੇ ਦੇਖ ਲਓ ਉਹ ਟਾਈਮ 'ਤੇ ਅੱਜ ਤੋਂ 35 ਸਾਲ ਪਹਿਲਾਂ ਸ਼ਮਸ਼ੇਰ ਸੰਧੂ ਪੰਜਾਬੀ ਟ੍ਰਿਬਿਊਨ ਹਾਂਜੀ ਅਤੇ ਬਲਜੀਤ ਬੱਲੀ ਜੀ ਹਾਂਜੀ ਅਜਾਇਬ ਔਜਲਾ ਸਾਹਿਬ ਔਜਲਾ ਸਾਹਿਬ ਨੇ ਮੇਰੇ ਬਾਰੇ ਜਿੰਨੇ ਚਿਰ ਮੈਂ ਹਾਕੀ ਦਾ ਪਿੰਡ ਆ 20-25 ਸਾਲ ਤੈਅ ਕੀਤਾ ਉਹਨਾਂ ਨੇ ਉਹਨਾਂ ਕੋਲ ਐਡਾ ਵੱਡਾ ਫਾਈਲ ਬਹੁਤ ਵੱਡੀ ਫਾਈਲ ਹੈ ਉਹ ਮੈਂ ਅੱਜ ਵੀ 30 ਸਾਲ ਪੁਰਾਣੀ ਮੈਂ ਚੱਕ ਲਵਾਂ ਉਹ 'ਚ ਆ ਜਾਂਦਾ ਫਿਰ ਉਹਨਾਂ ਲਿਖਿਆ ਸੀ ਮੇਰੇ ਬਾਰੇ ਇੱਕ ਹੋਰ ਸਤਾਰਾ ਚੜਿਆ ਗਾਇਕੀ ਅੰਬਰ 'ਤੇ ਅਤੇ ਮੈਂ ਤਿੰਨਾਂ ਆਪਣੇ ਭਰਾਵਾਂ ਦਾ ਸੰਧੂ ਸਾਹਿਬ ਬਲਜੀਤ ਬੱਲੀ ਜੀ ਦਾ ਅਤੇ ਅਜਾਇਬ ਔਜਲਾ ਸਾਹਿਬ ਇਹ ਤਿੰਨਾਂ ਪੱਤਰਕਾਰਾਂ ਦਾ ਰਹਿਣੀ ਹੈ ਕਿ ਇਹਨਾਂ ਨੇ ਉਹ ਟਾਈਮ 'ਤੇ ਜਿੰਨੀ ਮੈਨੂੰ ਹਾਕੀ 'ਚ ਸਪੋਰਟ ਕੀਤੀ ਉਦੋਂ ਸਾਧਨ ਕੋਈ ਨਹੀਂ ਹੁੰਦਾ ਹੋਰ ਕੀ ਹੁੰਦਾ ਸੀ ਜਲੰਧਰ ਦੂਰਦਰਸ਼ ਕੇਂਦਰ ਅਤੇ ਜਿਹੜੇ ਸਾਡੇ ਇਹ ਪੱਥਰਾਂ ਦੇ ਸ਼ਹਿਰ ਦੇ ਅਖਬਾਰ ਮੇਰੇ ਭਰਾ ਅੱਜ ਵੀ ਮੈਨੂੰ ਉਨਾ ਹੀ ਪਿਆਰ ਕਰਦੇ ਆ ਮੈਂ ਇਹਨਾਂ ਦਾ ਬਹੁਤ ਰਹਿਣੀ ਆ ਇਹ ਮੈਨੂੰ ਰਿਆਜ਼ ਕਰਨ ਉੱਥੇ ਦੇਖ ਕੇ ਜਾਂਦੇ ਸੀ ਕਿ ਕਿਵੇਂ ਹਰਦੀਪ ਰਿਆਜ਼ ਕਰਦਾ ਫਿਰ ਮੈਨੂੰ ਹੌਸਲਾ ਅਫਸਾਈ ਦੇਣ ਨੂੰ ਮੇਰੀ ਪਟਿਆਲੇ ਨਾਈਟ ਸੀ ਉੱਥੇ ਵੀ ਨਾਲ ਗਏ ਕਿ ਵੇਖੀਏ ਆਪਣਾ ਮਾਲਕ ਚੰਗਾ ਘੁਲਦਾ ਕਿ ਨਹੀਂ ਖਾੜੇ 'ਚ ਬਾਈ ਜੀ ਇੱਕ ਪਲੇਅਰ ਦੇ ਲਈ ਸਟੇਜ 'ਤੇ ਜਦੋਂ ਪਹਿਲੀ ਵਾਰੀ ਤੁਸੀਂ ਚੜ੍ਹੇ ਕਿਵੇਂ ਲੱਗਿਆ ਉਹ ਪਹਿਲਾ ਟਾਈਮ ਔਖਾ ਸੀ ਜਾਂ ਕਿਵੇਂ ਸੀ ਪਹਿਲੀ ਵਾਰੀ ਜੋ ਚੜ੍ਹਿਆ ਅਸੀਂ ਮੈਂ ਬੜੇ ਫਖਰ ਨਾਲ ਦੱਸਦਾ ਗੁਰਦਾਸ ਮਾਨ ਸਾਹਿਬ ਮੇਰੇ ਬਹੁਤ ਹਮਉਮਰ ਸਾਥੀ ਮੇਰੇ ਬੇਲੀ ਉਹਨਾਂ ਵੀ ਸਟਰਗਲ ਬਹੁਤ ਕੀਤੀ ਮੇਰੇ ਨਾਲ ਅਤੇ ਉਹਨਾਂ ਦਾ ਪਹਿਲਾ ਸ਼ੋਅ ਹੀ DAV ਕਾਲਜ ਕਰਾਇਆ ਸੀਗਾ ਉਦੋਂ ਸਾਡੇ ਕੋਲ 2800 ਰੁਪਏ ਨੇ ਇਕੱਠਾ ਹੋਏ ਫਿਰ ਮੈਂ ਕਿਹਾ ਬਾਈ ਜੀ ਮੁੱਠੀ ਬੰਨਦਾ ਦੱਸੀ ਨਾ ਕਹਿੰਦੇ ਜਿੰਨੇ ਹੈਗੇ ਲੈ ਜਾ ਇਹ ਸੰਨ ਜਦੋਂ ਭਾਅ ਜੀ ਦਾ ਟੁੱਟਕੀ ਤੜਾਕ ਕਰਕੇ ਦਿਲ ਦਾ ਮਾਮਲਾ ਆਇਆ ਇਹ 79-80 ਦੀ ਗੱਲ ਉਹ ਦਾਕੇ ਦੀ ਗੱਲ ਉਹ ਤੋਂ ਬਾਅਦ 81-82 'ਚ ਮੈਂ ਵੀ ਮਾਰਕੀਟ 'ਚ ਆ ਗਿਆ ਅਤੇ ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਇੱਕ ਪੰਜਾਬੀ ਗਾਇਕੀ ਨੂੰ ਜਦੋਂ ਮੋੜ ਆਇਆ ਪਹਿਲੋਂ ਬਾਬੇ ਗੁਰਦਾਸ ਨੇ ਦਿੱਤਾ ਅਤੇ ਉਹ ਤੋਂ ਬਾਅਦ ਤੁਹਾਡੇ ਛੋਟੇ ਭਰਾ ਨੂੰ ਬਾਕੀ ਫਿਰ ਗਾਇਕੀ ਸ਼ਹਿਰਾਂ 'ਚ ਆ ਗਈ ਜਿਹੜੀ ਗਾਇਕੀ ਦੀ ਸ਼ੈਲੀ ਨਾ ਨਹੀਂ ਤਾਂ ਪਿੰਡਾਂ 'ਚ ਕਹਿੰਦੇ ਕਿੱਥੇ ਖੜਾ ਅੱਜ ਹਰਦੀਪ ਨਾਲ ਲੱਗਣਾ ਪੁਰਾਣੇ ਨੇ ਲੱਗਣਾ ਕਿੱਥੇ ਲੱਗਣਾ ਵੀ ਉਹ ਖੇਤਾਂ 'ਚ ਲੱਗਾ ਦੋ ਕਿੱਲੇ ਬਰਸੀਨ ਵੜ ਕੇ ਖਾੜੇ ਲੱਗਦੇ ਸੀ ਅਤੇ ਖਾੜੇ ਸ਼ਹਿਰਾਂ 'ਚ ਆ ਗਏ ਆਪਣੇ ਪਰਿਵਾਰਾਂ 'ਚ ਆ ਗਏ ਚੰਗੀ ਗਾਇਕੀ ਦੀ ਸ਼ੈਲੀ ਸ਼ੁਰੂਆਤ ਹੋ ਗਈ ਉਦੋਂ ਇੱਕ ਗਾਇਕੀ ਦੀ ਸ਼ੈਲੀ ਉਸ ਟਾਈਮ ਜ਼ਿਆਦਾਤਰ ਇਹ ਹੁੰਦੀ ਸੀ ਕਿ ਜਦੋਂ ਬਰਾਤ ਆਉਂਦੀ ਸੀ ਜਿਹੜਾ ਖਾੜਾ ਲੱਗਦਾ ਸੀ ਖੂਹਾਂ 'ਤੇ ਲੱਗਦਾ ਤੁਸੀਂ ਉਸ ਟਾਈਮ 'ਤੇ ਹੁੰਦੇ ਸੀ ਅਤੇ ਉਹ ਕੀ ਫਰਕ ਹੁੰਦਾ ਸੀ ਉਹ ਜਦੋਂ ਮੈਂ ਇੱਕ ਵਾਰੀ ਮੈਨੂੰ ਮੁਕਤਸਰ ਕੋਲ ਲੈ ਗਏ ਬੁੱਕ ਕਰਕੇ ਜਦੋਂ ਸ਼ਹਿਰ ਪਟਿਆਲੇ 'ਤੇ ਮੇਰਾ ਗਾਣਾ ਹਿੱਟ ਹੋ ਗਿਆ LP ਰਿਕਾਰਡ ਆ ਗਿਆ ਇਸ਼ਕ ਦੀ ਬੱਲੇ ਬੱਲੇ ਅਤੇ ਜਦੋਂ ਮੈਨੂੰ ਉੱਥੇ ਲੈ ਗਏ ਨਾ ਉਹ ਅਤੇ ਕਰਦਿਆਂ ਕਰਾਉਂਦਿਆਂ ਆਪਣਾ ਖਾੜਾ ਲੱਗ ਗਿਆ ਜਿਵੇਂ ਤੁਹਾਡਾ ਉਹ ਧਰਮਸ਼ਾਲਾ ਜਿਵੇਂ ਪਿੰਡਾਂ 'ਚ ਬਣੀ ਹੁੰਦੀ ਉਹ ਬਾਹਰ ਹੀ ਹੁੰਦੀ ਜੰਜ ਘਰ ਕਹਿ ਦਿੰਦੇ ਜੰਜ ਘਰ ਅਤੇ ਜਦੋਂ ਖਾੜਾ ਲੱਗ ਗਿਆ ਉਹ ਹੁਣ ਥੋੜ੍ਹੇ ਕੇ ਵਿਹਲੀ ਸੀ ਰਵੀ ਵਰਗਾ ਭਰਾ ਜਿਹਦਾ ਵਿਆਹ ਸੀ ਉਹ ਜਦੋਂ ਹਵਾ ਪਹੁੰਚਦੀ ਪਹੁੰਚਦੀ ਪਿੰਡ ਪਹੁੰਚ ਕੇ ਕਹਿੰਦੇ ਬਾਈ ਜੀ ਹੁਣ ਰੋਟੀ ਖਾਂਦੇ ਪਿੰਡ ਜਾ ਕੇ
ਉਦੋਂ ਪਿੰਡਾਂ ਦੇ ਘਰ ਖੁੱਲ੍ਹੇ ਸੀ ਨਾ, ਜਦੋਂ ਉੱਥੇ ਖਾਣਾ ਖਾਣ ਕੇ ਕਹਿੰਦੇ ਜਿਹੜਾ ਗੋਈਆ ਕਿਹੜਾ ਆਇਆ ਸੀ, ਕਹਿੰਦਾ ਜਿਹੜਾ ਮੁੰਡਾ ਸਣਖਾ ਜਿਹਾ ਕੋਟ ਪੈਂਟ ਵਾਲਾ, ਉਹ ਕਹਿੰਦਾ ਜੇ ਇਹੋ ਜਿਹੇ ਗਾਣੇ ਗਾਉਂਦਾ ਸੀ ਫਿਰ ਆਪਾਂ ਯਾਰ ਇੱਥੇ ਆਪਾਂ ਐਡਾ ਆਪਣਾ 2 ਕਿੱਲੇ 'ਚ ਘਰ ਸੀ, ਉਦੋਂ ਗਾਇਕੀ ਫਿਰ ਉੱਧਰ ਆ ਗਈ। ਅਸੀਂ ਬਹੁਤ ਵਜ੍ਹਾ ਕੀ ਸੀ ਕਿ ਲੋਕ ਜਿਹੜਾ ਖੜਾ ਸੀ ਉਹ ਮੋਟਰ 'ਤੇ ਲਾਉਂਦੇ ਸੀ, ਰੋਟੀ ਖਾਣ ਜੰਜ ਘਰ ਆਉਂਦੇ ਸੀ। ਹਾਂ ਉਹ ਵਜ੍ਹਾ ਐਂ ਸੀਗਾ, ਉਹ ਜਿਹੜੀ ਪੰਜਾਬੀ ਗਾਇਕੀ ਦੀ ਸ਼ੈਲੀ ਸੀ ਜੋ ਗਾਣਾ ਗਾਇਕੀ ਸੀ ਉਹ ਤਾਂ ਹੁਣ ਕਹਿਣਾ ਚਾਹੀਦਾ ਇੱਕ ਲਫ਼ਜ਼ ਦੋ ਲਫ਼ਜ਼ ਨਿਕਲਦੇ ਸੀ ਨਾ, ਉਹ ਦੋ ਅਰਥੀ ਸੀਗੀ ਗਾਇਕੀ ਅਤੇ ਪਰਿਵਾਰ ਤੋਂ ਦੂਰ। ਇੱਕ ਉਦੋਂ ਫਿਰ ਆਪਣੀ ਜਿਹੜੀ ਸਭਤਾ ਸੀ ਪਿੰਡਾਂ ਦੇ ਲੋਕ ਬਾਹਲੇ ਅਵੇਅਰਨੈਸ ਹੈ ਨਹੀਂ ਸੀਗੀ, ਪੜ੍ਹਾਈ ਨਹੀਂ ਕੀਤੀ, ਅਸੀਂ ਪਿੰਡਾਂ ਵਾਲੇ ਹੀ ਹਾਂ, ਜਦੋਂ ਇੱਥੇ ਪੜ੍ਹ ਕੇ ਅਸੀਂ ਵੀ ਜਾ ਕੇ ਪਿੰਡਾਂ 'ਚ ਮਕਾਨ ਥੋੜ੍ਹਾ ਐਂ ਕਰ ਲਈਏ, ਇਹਨੂੰ ਸ਼ੇਪ 'ਚ ਲਾਈਏ, ਪੈਸੇ ਸੀਗੇ ਪਰ ਇੱਕ ਸਿਸਟਮ 'ਚ ਨਹੀਂ ਸੀ ਕੰਮ ਕਿ ਕਿਵੇਂ ਇਹਨੂੰ ਆਪਾਂ ਸਿਸਟਮ 'ਚ ਲਿਆਉਣਾ। ਉਸ ਟਾਈਮ ਦੋ ਗਾਇਕੀ ਦੋ ਅਰਥੀ ਗਾਇਕੀ ਸੀ, ਲੋਕ ਘਰਾਂ 'ਚ ਨਹੀਂ ਸੁਣਦੇ, ਪਰ ਅੱਜ ਦੀ ਗਾਇਕੀ ਨੂੰ ਤੁਸੀਂ ਕਿਵੇਂ ਦੇਖ ਰਹੇ? ਅੱਜ ਦੀ ਗਾਇਕੀ ਨਵੇਂ ਬੱਚੇ ਬਹੁਤ ਵਧੀਆ ਵੀ ਗਾ ਰਹੇ ਆ, ਪਰ ਮੈਂ ਹੋਰ ਚੈਨਲ 'ਤੇ ਵੀ ਇਹੀ ਅਪੀਲ ਕੀਤੀ ਹੈ ਕਿ ਪੰਜਾਬੀ ਆਪਣੀ ਗਾਇਕੀ ਇੰਨੀ ਰਿਚ ਹੈ, ਜੇ ਬੋਲੀਵੁੱਡ 'ਚ ਆਪਣਾ ਗਾਣਾ ਨਾ ਹੋਵੇ ਤਾਂ ਸਫਲ ਮੰਨੀ ਜਾਂਦੀ। ਹਾਂ ਅਸਫਲ ਮੰਨੀ ਜਾਂਦੀ ਹੈ, ਅਤੇ ਗਾਇਕਾਂ ਨੂੰ ਇਹੀ ਅਪੀਲ ਹੈ ਕਿ ਭਾਈ ਸਾਫ਼ ਸੁਥਰਾ ਗਾਈਏ, ਦੇਖੋ ਆਪਣਾ ਕਿੰਨੇ ਕਿੰਨੇ ਸੋਹਣੇ ਬੱਚੇ ਆਪਣਾ ਸਾਫ਼ ਸੁਥਰਾ ਸੂਫੀ ਗਾ ਰਹੇ ਆ, ਉਹ ਵੀ ਰੋਟੀ ਖਾ ਰਹੇ ਆ ਨਾ, ਆਪਾਂ ਨਸ਼ੇ ਤੋਂ ਰਹਿਤ ਗਾਣੇ ਗਾਈਏ, ਆ ਬੰਦੂਕ ਵਾਲੇ ਨਾਂ ਗਾਣੇ ਗਾਈਏ, ਇਹ ਜਿਹੜਾ ਟਾਈਮ ਹੈ ਗਾਏ ਥੋੜ੍ਹੇ ਟਾਈਮ ਦੀ ਗਾਇਕੀ ਆ, ਜਿੰਨਾ ਚਿਰ ਟੀ ਵੀ 'ਤੇ ਆਉਂਦਾ ਉਹਨਾਂ ਚਿਰ ਚੱਲੀ ਜਾਂਦਾ, ਉਦੋਂ ਬਾਅਦ ਖਤਮ ਹੈ। ਤੂੰ ਜਿਹੜੀ ਹੁਣ ਆਪਾਂ ਫਿਰ ਤੁਹਾਡੇ 'ਤੇ ਆਉਂਦੇ, ਜਿਹੜੀ ਪਹਿਲਾਂ ਤੁਹਾਡੀ ਟੇਪ ਰਿਕਾਰਡ ਹੋਈ, ਸਭ ਤੋਂ ਪਹਿਲਾਂ ਗਾਣਾ ਕਿਹੜਾ ਸੀ? ਸਭ ਤੋਂ ਪਹਿਲਾਂ ਗਾਣਾ ਸੀਗਾ ਮੇਰਾ, ਤੁਹਾਨੂੰ ਮੈਂ ਸੁਣਾ ਵੀ ਦਿੰਦਾ ਨਾਲ, ਜਦੋਂ ਹਰਦੀਪ ਨਾਇਟ 1982-83 'ਚ ਹੋਈ ਹੈ। ਜੀਮ ਜਾਂਦੀਆਂ ਡਿੱਠੀਆਂ ਦੋ ਨਾਰਾਂ ਤੇ ਦਾਣੇ ਪੱਠ ਪਨਾਣ ਨੂੰ ਚੱਲੀਆਂ ਨੇ, ਇੱਕ ਰੇਤ ਗਿੱਲਾ ਤੇ ਦੂਜਾ ਪੱਠ ਸਿੱਲਾ ਤੇ ਤੀਜਾ ਆਸ਼ ਕੰਗਲੀਆਂ ਮੱਲੀਆਂ ਨੇ, ਫੁੱਲੇ ਫੁੱਲੇ ਤਾਂ ਚੁੱਗ ਲੈ ਆਸ਼ਿਕਾਂ ਨੇ, ਤੇ ਰੋੜ ਲੈ ਕੇ ਘਰਾਂ ਨੂੰ ਚੱਲੀਆਂ ਨੇ, ਬੁੱਲੇ ਸ਼ਾਹ ਉਹ ਮਰਨ ਮਾਪੇ ਤੇ ਜਨਾ ਕੁਵਾਰੀਆਂ ਪੱਟ ਤੇ ਘੱਲੀਆਂ ਨੇ, ਚੜ ਕੇ ਤੰਡੋੜੀ ਨੀ ਪਿੰਡ ਵਿੱਚ ਆਈ, ਨੀ ਪਿੰਡ ਵਿੱਚ ਸਾਰੇ ਨੀ ਮੱਚ ਗਈ ਦੁਹਾਈ, ਤੇਰੇ ਰੂਪ ਨੇ ਤੇਰੀ ਚਾਲ ਨੇ ਹਰ ਪਾਸੇ ਰੌਲਾ ਪਾਇਆ, ਨੱਕ ਵਿੱਚ ਕੋਕਾ ਤੇ ਸਿਰ ਫੁਲਕਾਰੀ, ਨੀ ਛਣਕੜ ਵੰਗਾਂ ਤੂੰ ਵੰਗਾਂ ਦੀ ਪਟਾਰੀ, ਤੈਨੂੰ ਨੀ ਤੈਨੂੰ ਨੀ ਤੈਨੂੰ ਕੁੰਡ ਕੱਢਣ ਆਇਆ, ਉਹ ਚੜ ਕੇ ਤੰਡੋਲੀ ਦੀ ਪਿੰਡ ਵਿੱਚ ਆਈ। ਬਾਈ ਜੀ ਆਵਾਜ਼ ਵਿੱਚ ਅੱਜ ਵੀ ਉਹੀ ਮੜਕ ਆ। ਥੈਂਕ ਯੂ ਜੀ। ਇਹ ਮੜਕ ਦੜਕ ਤਾਂ ਹੀ ਠੀਕ ਰਹੇਗੀ ਜੇ ਆਪਾਂ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸਿਹਤ ਵੀ ਚਲੋ ਸਿਹਤ 'ਤੇ ਹੀ ਗੱਲ ਲੱਗ ਗਈ, ਵੈਸੇ ਮੈਂ ਗੱਲ ਬਾਅਦ 'ਚੋਂ ਕਰਨੀ ਸੀ, ਹੁਣ ਗੱਲ ਸਿਹਤ ਹੈ। ਬਾਈ ਜੀ ਫਿੱਟ ਪਏ ਹੋ ਪੂਰੇ, ਚਾਹੇ ਪਹਿਲੇ ਵਾਲੀਆਂ ਫੋਟੋਆਂ ਦੇਖ ਲਈਏ ਅਤੇ ਚਾਹੇ ਹੁਣ ਵਾਲਾ ਦੇਖ ਲਈਏ। ਥੈਂਕ ਯੂ। ਰਾਜ ਕੀ ਆ? ਰਾਜ ਹੈ ਕਿ ਸੱਚੇ ਪਾਤਸ਼ਾਹ ਨੂੰ ਯਾਦ ਕਰੋ, ਤੁਹਾਡੇ ਦਿਮਾਗ 'ਤੇ ਕੋਈ ਬੋਝ ਨਹੀਂ ਹੋਣਾ ਚਾਹੀਦਾ। ਜਦੋਂ ਆਪਾਂ ਪੋਜ਼ਿਟਿਵ ਰਹਾਂਗੇ, ਪੋਜ਼ਿਟਿਵ ਸੋਚਾਂਗੇ, ਤੁਹਾਡੀ ਸੋਚ ਚੰਗੀ ਹੋਏਗੀ, ਤੁਹਾਡੀ ਸਿਹਤ ਵੀ ਚੰਗੀ ਹੋਏਗੀ। ਮੈਨੂੰ ਇਹ ਤੋਂ ਗਾਣਾ ਯਾਦ ਆ ਗਿਆ, ਮੇਰਾ 3-4 ਸਾਲ ਪਹਿਲਾਂ ਗਾਣਾ ਆਇਆ ਸੀਗਾ। ਮਿੱਤਰੋ ਸਰੀਰ ਵਿੱਚ ਜਾਨ ਚਾਹੀਦੀ ਵੀ ਗੱਲ ਉਮਰਾਂ ਦੀ ਨਹੀਂ, ਮਿੱਤਰੋ ਸਰੀਰ ਵਿੱਚ ਜਾਨ ਚਾਹੀਦੀ ਵੀ ਗੱਲ ਉਮਰਾਂ ਦੀ ਨਹੀਂ, ਹੋ ਚਿਹਰੇ ਉੱਤੇ ਸਦਾ ਮੁਸਕਾਨ ਚਾਹੀਦੀ ਵੀ ਗੱਲ ਉਮਰਾਂ ਦੀ ਨਹੀਂ, ਹੋਏ ਮਿੱਤਰੋ ਸਰੀਰ ਵਿੱਚ ਜਾਨ ਚਾਹੀਦੀ ਵੀ ਗੱਲ ਉਮਰਾਂ ਦੀ ਨਹੀਂ, ਯਾਰ ਹੋਵੇ ਇੱਕ ਹੋਵੇ ਲੱਖ ਵਰਗਾ, ਹੋਏ ਬਿੱਲੋ ਦੀ ਬਲੋਰੀ ਜਿਹੀ ਅੱਖ ਵਰਗਾ, ਯਾਰਾਂ ਨਾਲ ਉੱਚੀ ਹੋਣੀ ਸ਼ਾਨ ਚਾਹੀਦੀ ਵੀ ਗੱਲ ਉਮਰਾਂ ਦੀ ਨਹੀਂ, ਹੋਏ ਮਿੱਤਰੋ ਸਰੀਰ ਵਿੱਚ ਜਾਨ ਚਾਹੀਦੀ ਵੀ ਗੱਲ ਉਮਰਾਂ ਦੀ ਨਹੀਂ। ਉਸ ਦੌਰ 'ਤੇ ਤੁਸੀਂ ਗਾਇਕ ਹੋ, ਜਦੋਂ ਦੂਰਦਰਸ਼ਨ 'ਤੇ ਆਉਣਾ ਬਹੁਤ ਵੱਡਾ ਨਾਮ ਹੁੰਦਾ ਸੀਗਾ, ਪਹਿਲੀ ਵਾਰੀ ਦੂਰਦਰਸ਼ਨ 'ਤੇ ਫਿਰ ਕਿਵੇਂ ਆਉਣਾ ਹੋਇਆ? ਬਸ ਜਦੋਂ ਤੁਹਾਨੂੰ ਮੈਂ ਦੱਸਿਆ ਜੀ ਨਾ, ਪਹਿਲਾ ਗਾਣਾ ਹੀ ਮੇਰਾ ਉਦੋਂ ਆਇਆ ਜੀ, ਦੇਖ ਲਓ ਪਹਿਲੇ ਗਾਣੇ ਦਾ ਹੀ ਹਾਕੀ ਵਾਲੇ ਹਰਦੀਪ ਨੂੰ ਸ਼ਹਿਰ ਪਟਿਆਲਾ ਹਰਦੀਪ ਬਣਾਤਾ, ਉਹਦੀਆਂ ਵਡਿਆਈਆਂ। ਮੈਂ ਕਹਿੰਦਾ ਸਾਰਿਆਂ ਨੂੰ ਐਂ ਹੀ ਬਰਖਤਾ ਪਾਉਂਦੇ ਨੇ, ਸੱਚੇ ਪਾਤਸ਼ਾਹ ਸਾਫ਼ ਸੁਥਰਾ ਗਾਈਏ, ਆਪਣਾ ਵਿਰਸਾ ਬੜਾ ਅਮੀਰ ਆ, ਇਹਨੂੰ ਸਾਂਭ ਕੇ ਰੱਖੀਏ, ਇਹਨੂੰ ਫੁੱਲਾਂ ਜਿੰਨੀ ਖੁਸ਼ਬੋ ਵੰਡ ਲਾਂਗੇ ਉਨੀ ਥੋੜ੍ਹੀ ਹੈ। ਉਸ ਟਾਈਮ 'ਤੇ ਦੂਰਦਰਸ਼ਨ HMV 'ਚ ਆਉਣਾ ਵੀ ਇੱਕ ਬਹੁਤ ਵੱਡੀ ਉਪਲੱਬਧੀ ਗਿਣਿਆ ਜਾਂਦਾ ਸੀ, ਫਿਰ ਉਹਨਾਂ ਤੱਕ ਅਪਰੋਚ ਕਿਵੇਂ ਹੋਈ, ਕਿਵੇਂ ਉੱਥੇ ਜਾਣ ਦਾ ਸਬੱਬ ਬਣਿਆ? ਉੱਥੇ ਰਵੀ ਜੀ ਐਂ ਸੀ, ਜਦੋਂ ਹਰਦੀਪ ਨਾਈਟ ਸਾਨੂੰ ਕਿਹਾ ਸੀ, ਬੈਸੀ ਹੋਈ ਨਾ, ਉਹ ਸਾਡੀ ਇੱਕ ਲਾਈਵ ਕੈਸਟ ਮਾਰਕੀਟ 'ਚ ਆ ਗਈ ਹਰਦੀਪ ਨਾਈਟ, ਜੇ ਚੱਟ ਗਈ ਸੀ ਉਹ ਇਹੋ ਜਿਹੀ ਨਾਈਟ ਸੀ, ਉਹ 'ਚ ਸੀਗਾ ਕਿ ਇੱਕ ਗਾਣਾ ਚੁਟਕਲੇ, ਬਾਬੂ ਰਾਮ ਜੀ ਬਹੁਤ ਪਾਪੂਲਰ ਹੁੰਦੇ ਸੀ ਉਦੋਂ, ਉਹਨਾਂ ਚੁਟਕਲੇ ਵਿੱਚ, ਅਤੇ ਉਦੋਂ ਇੱਕੋ ਹੀ 17 ਸੈਕਟਰ ਬ੍ਰਿਜ ਮਾਰਕੀਟ ਦੁਕਾਨ ਹੁੰਦੀ ਸੀਗੀ, ਅਤੇ ਪੰਜਾਬ 'ਚੋਂ ਜਿਹੜਾ ਵੀ ਬੰਦਾ ਆਉਂਦਾ ਸੀਗਾ
ਪਾਸਪੋਰਟ ਦਫ਼ਤਰ ਵੀ 17 'ਚ, ਸਾਰੇ ਕੰਮ 17 'ਚ ਹੁੰਦੇ ਸੀ। ਉਹ ਜਦੋਂ ਉਹਨਾਂ ਨੇ ਇੱਕ ਦੋ ਵਿੱਚ ਲਾ ਦੇਣੀ ਅਤੇ ਉਹ ਗਰਮ ਪਕੌੜਿਆਂ ਦਾ ਸਮਾਨ ਵਿਕ ਗਿਆ ਆਪਣਾ, ਅਤੇ ਉਹਨਾਂ ਕਿਹਾ ਵੀ ਕਿਹੜਾ ਮੁੰਡਾ, ਉਹਦੀ ਫੋਟੋ ਵੀ ਹੈ ਨਹੀਂ ਉੱਤੇ, ਉੱਤੇ ਲਿਖਿਆ ਬਾਟਾ, ਥੱਲੇ ਲਿਖਿਆ ਹਰਦੀਪ ਨਾਈਟ। ਉਹ ਇੰਨਾ ਸਮਾਨ ਵਿਕ ਗਿਆ ਪਾਇਰੇਸੀ ਵਾਲੇ, ਹੁਣ ਤਾਂ ਇਹ ਪਾਇਰੇਸੀ ਨੂੰ ਆਪ ਹੀ ਕਹਿ ਰਹੇ ਨੱਥ ਪਾਓ ਪੈਣੀ ਚਾਹੀਦੀ ਹੈ ਵੀ ਕੰਪਨੀਆਂ 'ਤੇ, ਅਸੀਂ ਵੀ ਤਾਂ ਹੀ ਆਰਟਿਸਟ ਪੈਸਾ ਕਮਾਏਗਾ। ਉਹ ਇੰਨਾ ਸਮਾਨ ਵਿਕ ਗਿਆ ਅਤੇ ਮੈਨੂੰ ਅਪਰੋਚ ਕਰ ਲਿਆ ਜੀ। ਉਹਨਾਂ ਟਾਈਮਾਂ 'ਤੇ ਵੀ ਪਾਇਰੇਸੀ ਹੁੰਦੀ ਸੀ? ਹਾਂ, ਉਦੋਂ ਅਤੇ ਉਦੋਂ ਐਂ ਸੀਗਾ, ਓਨੈਸਟੀ ਵੀ ਬੜੀ ਸੀ। ਜਦੋਂ ਮੇਰਾ ਰਿਕਾਰਡ ਆਇਆ ਉਦੋਂ ਸਾਨੂੰ ਦੋ ਦੋ ਸਾਲ ਬਾਅਦ ਹੀ ਕਦੇ 5,000 ਆ ਗਏ, ਕਦੇ 10,000 ਆ ਗਏ, ਕਦੇ 20,000 ਆ ਗਿਆ। ਉਦੋਂ 20,000 ਦਾ ਮੁੱਲ ਹੁੰਦਾ ਸੀਗਾ, ਅਸੀਂ ਬੜੇ ਖੁਸ਼ ਹੋਣੇ ਵੀ ਚੈੱਕ ਆ ਗਈ, HM ਦੀ ਚੈੱਕ ਆਈ ਹੈ। ਅਤੇ ਉਹ ਫਿਰ ਜਦੋਂ ਦਿੱਲੀ ਚਲੇ ਗਏ ਸੀ, ਬਸ ਗੱਲ ਬਣ ਗਈ ਆਪਣੀ, ਪਹਿਲਾ ਹੀ ਰਿਕਾਰਡ ਤਵਾ ਆਪਣਾ HM 'ਚ ਆ ਗਿਆ। ਦਿੱਲੀ ਫਿਰ ਗਏ ਕਿੱਦਾਂ, ਕਿਉਂਕਿ ਉਹਨਾਂ ਟਾਈਮ ਪੰਜਾਬ ਰੋਡ ਦੀ ਬਸ, ਮੈਂ ਕਿਹੜਾ ਉਹ ਤਾਂ ਕਿਹੜੇ ਜਹਾਜ਼ ਜਾਂਦੇ ਦਿੱਲੀ, ਚੰਡੀਗੜ੍ਹ ਤਾਂ ਕੁਝ ਜਾਂਦਾ ਨਹੀਂ। ਅਤੇ ਅਸੀਂ ਪੈਸੇ ਵੀ ਉਨੇ ਕੁ ਸੀਗੇ, ਐਵੇਂ ਝੂਠ ਮਾਰੀਏ, ਗਿੱਲ ਸੁਰਜੀਤ ਭਾਅ ਜੀ, ਮਾਈ ਸੈਲਫ ਹਰਦੀਪ ਭਾਅ ਜੀ ਅਤੇ ਵਰਿੰਦਰ ਬੱਚਨ ਜੀ, ਅਤੁਲ ਸ਼ਰਮਾ ਜੀ, ਅਸੀਂ ਫੜੀ ਪੰਜਾਬ ਰੋਡ ਦੀ ਬੱਸ ਅਤੇ ਜਾ ਵੱਜੇ ਉੱਥੇ। ਅਤੇ ਉੱਥੇ ਵੀ ਤੁਹਾਡੇ ਵਾਲੀ ਗੱਲ ਕਿ ਜਦੋਂ ਉੱਥੇ ਉਦੋਂ ਵੀ ਆਪਣਾ ਜਗਮੋਹਨ ਕੁਰ ਦੇ ਗਾਣੇ, ਚੰਦਾ ਜੀ ਦੇ ਗਾਣੇ, ਆਪਣਾ ਮੁਹੰਮਦ ਸਦੀਕ ਸਾਹਿਬ ਦੇ ਗਾਣੇ ਉਦੋਂ ਚੱਲਦੇ ਸੀਗੇ, ਜਦੋਂ ਇਹ ਸੁਣਾਇਆ ਅੱਜ ਬਾਬਲ ਦਾਦਾ ਦੇਸ਼ ਧੀਆਂ ਲਈ ਹੋ ਚੱਲਿਆ ਪਰਦੇਸ ਮਾਏ ਮਨ ਤੋਰੀ ਨਾ, ਰੱਬਾ ਯਾਰ ਨਾ ਕਿਸੇ ਦਾ ਵੱਖ ਹੋਵੇ ਯਾਰ ਬਿਨਾਂ ਜਗ ਸਕਣਾ, ਮੈਂ ਛੇੜਾ ਮਾਈਏ ਨੂੰ ਮੰਗਾਂ ਨੂੰ ਛਣਕਾ। ਜਦੋਂ ਇਹ ਕੀ ਸੁਣਾਇਆ, ਕਹਿੰਦੇ ਵੀ ਇਹ ਨਹੀਂ ਚੱਲੇਗਾ। ਮੈਂ ਕਿਹਾ ਹਮਾਰਾ ਤਾਂ ਇਹੀ ਚੱਲੇਗਾ, ਆਪਨੇ ਬੁਲਾਇਆ ਹਮੇ, ਹਮ ਨਹੀਂ ਆਏ। ਫਿਰ ਪਤਾ ਨਹੀਂ ਜਹੀਦ ਸਾਹਿਬ ਨੂੰ ਕੀ ਆ ਗਿਆ ਦਿਮਾਗ 'ਚ, ਕਹਿੰਦੇ ਸੁਬਹ ਚਲੋ ਸੁਬਹ ਆਉਣਾ, ਫਿਰ ਮੀਟਿੰਗ ਕਰਦੇ ਹਾਂ। ਉਹ ਸੁਬਹ ਮੀਟਿੰਗ ਕੀਤੀ ਅਤੇ ਜੋ ਤਿਆਰੀ ਕਰਕੇ ਗਿਆ ਸੀਗੀ, HM ਨੇ ਬੁਲਾਇਆ, ਤਿਆਰੀ ਕਰਕੇ ਚੱਲੀਏ, ਗੱਲਬਾਤ ਥੋੜ੍ਹਾ ਕਰਕੇ ਜਾਣਾ, ਉਹਨਾਂ ਦੇ ਇੰਨੇ ਕੁ ਪੈਸੇ ਸੀਗੇ, ਉਨੇ ਕੁ ਪੈਸੇ ਖਰਚੇ ਅਤੇ ਦੁਬਾਰਾ ਬੱਸ 'ਚ ਚੜ੍ਹ ਕੇ ਜਾਣਾ। ਅਤੇ ਅਸੀਂ ਦੇਖੋ ਜੀ, 2 ਟਰੈਕ ਰਿਕਾਰਡਿੰਗ ਸੀਗੀ, 2 ਦਿਨਾਂ 'ਚ ਰਿਕਾਰਡਿੰਗ ਕਰਕੇ ਉਹਦੇ ਪਤਾ ਲੱਗਿਆ, ਜੋ 17 ਸੈਕਟਰ ਮੈਂ ਉਹ ਸਾਹਮਣੇ ਦੁਕਾਨ 'ਤੇ ਤਵਾ ਤਵਾ ਵੱਜਦਾ ਵੇਖਿਆ, ਅਤੇ ਮੈਂ ਕਿਹਾ ਲੈ ਵੀ ਹਰਦੀਪ ਸਿੰਘ ਤੂੰ ਵੀ ਹੁਣ HM ਆਰਟਿਸਟ ਬਣ ਗਿਆ, ਅਤੇ ਗੱਲ ਬਣ ਗਈ। ਉਦੋਂ ਬਾਅਦ ਆਸਤਾ ਆਸਤਾ ਉਹ ਪੰਜਾਬ ਦੇ ਉਦੋਂ ਬਾਅਦ ਹਾਲਾਤ ਵੀ ਆਪਣੇ 84 ਰਾਈਟਸ ਹੋ ਗਏ, ਖਰਾਬ ਹੋ ਗਏ, ਪਰ ਐਂ ਸੀਗਾ ਕਿ ਮੇਰੀ ਜਿਹੜੀ ਵਿਅਰਸ਼ਿਪ ਸੀ, ਮੇਰੀ ਦੋਸਤੀ ਸੀਗੀ, ਉਹਨੇ ਮੈਨੂੰ, ਮੈਂ ਉਹਨਾਂ ਨੂੰ ਸਲਾਮ ਕਰਦਾ ਆਪਣੇ ਦੋਸਤਾਂ ਨੇ, ਤੁਸੀਂ ਅੰਮ੍ਰਿਤਸਰ ਬੈਠੇ ਹੋ, ਕੋਈ ਕਰਨਾਲ ਬੈਠਾ, ਕੋਈ ਦਿੱਲੀ ਬੈਠਾ, ਕੋਈ ਉਹਨਾਂ ਨੇ ਬਸ ਸਾਧਨ ਸੀ, ਸੁਨੇਹਾ ਹੀ ਆਉਂਦਾ ਸੀ ਬਾਈ ਖਾੜਾ ਲਾਉਣਾ, ਪਰ ਅਸੀਂ ਵੀ ਨਹੀਂ ਕਹਿੰਦੇ ਸੀ ਕਿ ਕਿੰਨੇ ਪੈਸੇ ਦੇਣੇ ਆ, ਪਰ ਉਹਨਾਂ ਨੇ ਇੰਨੀ ਬੇਅੰਤ ਮਾਇਆ ਦੇਣੀ ਕਿ ਜਿੰਨਾ ਮੇਰਾ ਭਾਰਾ ਤੋਲ ਦੇਣਾਗੇ। ਫਿਰ ਸਾਨੂੰ ਇਹ ਲੋੜ ਨਹੀਂ ਪੈਂਦੀ ਕਿ ਬਾਈ ਜੀ ਤੁਹਾਡੇ ਪੈਸੇ ਹੋਰ ਦੇ ਦਿਓ, ਪੇਮੈਂਟ ਕਰ ਦਿਓ, ਅਤੇ ਉਹਦੇ ਕਰਕੇ ਹਰਦੀਪ 40 ਸਾਲ ਕੱਢ ਗਿਆ। ਅਤੇ ਬਾਈ ਜੀ ਜਦੋਂ HM ਤੋਂ ਰਿਕਾਰਡ ਕਰਿਆ, ਫਿਰ ਯਾਰਾਂ ਨੇ ਪਾਰਟੀ ਵੀ ਕੀਤੀ 17 ਸੈਕਟਰ ਕਿ ਨਹੀਂ? ਉਹ ਗੁੱਜੀਆਂ ਗੱਲਾਂ ਸਾਰੀਆਂ ਗੱਲਾਂ, ਪਾਰਟੀਆਂ ਚੰਗੇ ਦੋਸਤ ਸੀਗੇ, ਪਾਰਟੀਆਂ ਕੀ ਉਦੋਂ ਪਾਰਟੀਆਂ ਕੀ ਜਲੇਬੀਆਂ ਖਾਲੀਆਂ ਦੁੱਧ 'ਚ ਪਾ ਕੇ, ਕਿਉਂਕਿ ਉਹ ਮਹਿੰਗੇ ਹਾਕੀ ਦਾ ਪਲੇਅਰ ਸੀ ਨਾ, ਉਦੋਂ ਪਿੰਡਾਂ 'ਚ ਖਾਂਦੇ, ਗਰਮ ਦੁੱਧ ਲੈ ਲਿਆ, ਗਰਮ ਦੁੱਧ 'ਚ ਸੁੱਟੋ ਪਾਈ ਆ ਜਲੇਬੀਆਂ, ਅਤੇ ਉਹ ਤੁਹਾਨੂੰ ਗਲਿਆ ਵੀ ਸਾਫ਼ ਰੱਖਦੀਆਂ, ਸਿਹਤ ਵੀ ਸਾਫ਼ ਰੱਖਦੀ ਹੈ। ਇੱਕ ਯੂਨੀਅਨ ਬਣਾਓ, ਕੱਲ੍ਹ ਨੂੰ ਸਰਕਾਰ ਨੂੰ ਆਪਾਂ ਕੋਈ ਏਜੰਡਾ ਦੇਵਾਂਗੇ, ਜਿਵੇਂ ਹੁਣ ਵੀ ਪਿੱਛੇ ਚੰਨੀ ਜੀ ਨੂੰ ਮਿਲ ਕੇ ਆਏ ਸੀਗੇ ਕਿ ਜਿਹੜੇ 60 ਸਾਲ ਤੋਂ ਉੱਪਰ ਆਰਟਿਸਟ ਨੇ ਨਹੀਂ ਕੰਮ ਹੈਗਾ, ਉਹਨਾਂ ਨੂੰ 5-7-10 ਹਜ਼ਾਰ ਪੈਨਸ਼ਨ ਲਾਓ ਕਿ ਉਹਨਾਂ ਦਾ ਰੋਜ਼ਗਾਰ ਚੱਲਦਾ ਰਹੇ। ਜਿਹੜੀ ਤੁਹਾਡੀ ਐਜੂਕੇਸ਼ਨ ਆ, ਉਹ ਤੁਹਾਡੇ ਕੋਈ ਨਹੀਂ ਖੋਲ੍ਹ ਸਕਦਾ। ਮੈਂ ਰਵੀ ਜੇਬ 'ਚ ਕਿੰਨੇ ਪੈਸੇ ਮੈਂ ਹੁਣ ਕੱਢ ਲਾਂ, ਕਿਉਂਕਿ ਮੈਂ ਤਕੜਾ ਨਾ ਜਵਾਨ ਹਾਂ।